ਤਸਵੀਰਾਂ 'ਚ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਕਿਵੇਂ ਇੱਕ ਵਿਅਕਤੀ ਇੱਕ ਘਰ ਦੇ ਬਾਹਰ ਖੜ੍ਹਾ ਅਤੇ ਗੇਟ ਦੇ ਬਾਹਰ ਲੱਗੀ ਬੈੱਲ ਵਜਾ ਰਿਹਾ ਹੈ। ਥੋੜ੍ਹੇ ਸਮੇਂ ਬਾਅਦ ਅੰਦਰੋਂ ਇੱਕ ਮਹਿਲਾ ਗੇਟ ਖੋਲ੍ਹਦੀ ਹੈ ਅਤੇ ਉਸ ਤੋਂ ਬਾਅਦ ਜੋ ਵਰਤਾਰਾ ਹੁੰਦਾ ਉਹ ਬੇਹੱਦ ਸ਼ਰਮਨਾਕ ਹੈ। ਇਹ ਵਿਅਕਤੀ ਉਸ ਮਹਿਲਾ ਨੂੰ ਘੜੀਸਦਾ ਹੋਇਆ ਸੜਕ 'ਤੇ ਖਿੱਚ ਲਿਆਉਂਦਾ ਅਤੇ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕਰਦਾ। ਇਸ ਦੌਰਾਨ ਦੋਨਾਂ 'ਚ ਕਾਫ਼ੀ ਹੱਥੋਂ ਪਾਈ ਵੀ ਹੁੰਦੀ ਹੈ ਅਤੇ ਉੱਥੇ ਮੌਜੂਦ ਗੁਆਂਢੀ ਵੀ ਇਸ ਝਗੜੇ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹ ਵਿਅਕਤੀ ਨਹੀਂ ਰੁਕਦਾ। ਵਿਅਕਤੀ ਵੱਲੋਂ ਕੁੱਟਮਾਰ ਦੀਆਂ ਤਸਵੀਰਾਂ CCTV ਕੈਮਰੇ 'ਚ ਕੈਦ ਹੋ ਗਈਆਂ ਨੇ ਜੋ ਕਿ ਹੁਣ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਵੀ ਹੋ ਰਹੀਆਂ ਨੇ। ਤਸਵੀਰਾਂ ਦੇਖ ਇੱਕ ਵਾਰ ਤੁਹਾਡੇ ਵੀ ਹੌਲ ਪੈ ਗਿਆ ਹੋਣਾ ਕਿ ਆਖਿਰਕਾਰ ਇਹ ਸ਼ਖਸ ਕੌਣ ਹੈ ਅਤੇ ਇੰਨੀ ਬੁਰੀ ਤਰ੍ਹਾਂ ਮਹਿਲਾ ਨੂੰ ਕਿਉਂ ਕੁੱਟ ਰਿਹਾ। ਜਦੋਂ ਇਸ ਮਾਮਲੇ ਬਾਰੇ ਸਾਡੇ ਚੈਨਲ ਨੇ ਕੁੱਖ ਕੀਤੀ ਤਾਂ ਪਤਾ ਲੱਗਿਆ ਕਿ ਇਹ ਮਾਮਲਾ ਲੁਧਿਆਣਾ ਦੇ ਕੋਟ ਮੰਗਲ ਸਿੰਘ ਇਲਾਕੇ ਦਾ। ਇਸ ਮਾਮਲੇ ਬਾਰੇ ਜਾਣਕਾਰੀ ਦਿੰਦੀ ਹੋਈ ਪੀੜਿਤ ਮਹਿਲਾ ਨੇ ਦੱਸਿਆ ਕਿ ਲਗਭਗ 6.5 ਸਾਲ ਪਹਿਲਾਂ ਉਸਦਾ ਵਿਆਹ ਮਰਚੈਂਟ ਨੇਵੀ 'ਚ ਕੰਮ ਕਰਨ ਵਾਲੇ ਕੈਪਟਨ ਦਲਜੀਤ ਸਿੰਘ ਦੇ ਨਾਲ ਹੋਇਆ ਸੀ ਪਰ ਉਸਦਾ ਸਹੁਰਾ ਪਰਿਵਾਰ ਉਸਨੂੰ ਵਿਆਹ ਤੋਂ ਹੀ ਪਸੰਦ ਨਹੀਂ ਸੀ ਕਰਦਾ ਜਿਸ ਕਰਕੇ ਉਹ ਵੱਖਰੀ ਹੋ ਗਈ। ਪਰ ਬੀਤੇ ਦਿਨ ਅਚਾਨਕ ਉਸਦਾ ਪਤੀ ਆਪਣੇ ਦੋਸਤ ਦੇ ਨਾਲ ਆਇਆ ਅਤੇ ਉਸਨੇ ਪਹਿਲਾਂ ਘਰ ਦੀ ਡੋਰ ਬੈਲ ਵਜਾਈ ਅਤੇ ਜਦੋਂ ਬਾਹਰ ਆਈ ਤਾਂ ਉਸ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ। 12 ਫਰਵਰੀ 2018 ਨੂੰ ਮੇਰੇ ਸਹੁਰਿਆਂ ਨੇ ਮੇਰੇ ਨਾਲ ਕੁੱਟਮਾਰ ਕੀਤੀ ਜਿਹਦੇ ਵਿੱਚ ਮੇਰੇ ਘਰ ਵਾਲੇ ਕੈਪਟਨ ਦਲਜੀਤ ਸਿੰਘ ਜੋ ਕਿ ਮਰਚੈਂਟ ਨੇਵੀ ਵਿੱਚ ਕੈਪਟਨ ਨੇ, ਮੇਰਾ ਸਹੁਰਾ ਸਾਹਿਬ ਕੁਲਵਿੰਦਰ ਸਿੰਘ, ਮੇਰੀ ਸੱਸ ਇੰਦਰਜੀਤ ਕੌਰ ਅਤੇ ਮੇਰੇ ਦੇਵਰ ਜਸਮੀਤ ਸਿੰਘ ਅਤੇ ਮੇਰੀ ਦੇਵਰਾਣੀ ਰਣਜੀਤ ਕੌਰ ਨੇ ਮੇਰੇ ਨਾਲ ਕੁੱਟਮਾਰ ਕੀਤੀ ਔਰ ਮੈਨੂੰ ਜ਼ਬਰਦਸਤੀ ਮੇਰੇ ਪੇਕੇ ਘਰ ਜੋ ਕਿ ਮੁੱਲਾਂਪੁਰ ਕੈਲਪੁਰ ਦੇ ਵਿੱਚ ਹੈਗੇ ਨੇ, ਉੱਥੇ ਮੈਨੂੰ ਜ਼ਬਰਦਸਤੀ ਛੱਡ ਕੇ ਆਉਂਦਾ ਗਿਆ ਔਰ ਮੇਰੇ ਸਹੁਰਾ ਸਾਹਿਬ ਅਤੇ ਉਹਨਾਂ ਦੇ ਦੋਸਤ ਸਤਨਾਮ ਸਿੰਘ ਮੈਨੂੰ ਛੱਡਣ ਗਏ ਔਰ ਇਹ ਕਹਿ ਕੇ ਛੱਡ ਕੇ ਆਏ ਕਿ ਅਸੀਂ ਕੱਲ੍ਹ ਆ ਕੇ ਤੈਨੂੰ ਲੈ ਕੇ ਜਾਵਾਂਗੇ ਜਾਂ ਕੋਈ ਗੱਲਬਾਤ ਕਰਕੇ ਤੈਨੂੰ ਆ ਕੇ ਇੱਥੋਂ ਲੈ ਕੇ ਜਾਵਾਂਗੇ, ਪਰ ਮੈਨੂੰ ਵਾਪਸ ਲੈਣ ਵਾਸਤੇ ਕੋਈ ਨਹੀਂ ਆਇਆ। ਔਰ ਉਸ ਤੋਂ ਬਾਅਦ ਮੇਰੀ ਬੇਟੀ ਇਹਨਾਂ ਨੇ ਜ਼ਬਰਦਸਤੀ ਇੱਥੇ ਰੱਖੀ, ਮੇਰਾ ਫੋਨ ਵੀ ਜ਼ਬਰਦਸਤੀ ਰੱਖਿਆ ਔਰ ਉਸ ਤੋਂ ਬਾਅਦ ਮੇਰੇ ਡਾਕੂਮੈਂਟਸ ਵੀ ਰੱਖੇ, ਮੈਨੂੰ ਕੁਛ ਵੀ ਨਾਲ ਲੈ ਕੇ ਜਾਣ ਨਹੀਂ ਦਿੱਤਾ ਗਿਆ। ਪਰ ਅੱਜ ਮੇਰੇ ਹਸਬੈਂਡ ਆ ਕੇ ਆਰਾਮ ਨਾਲ ਡੋਰਬੈਲ ਵਜਾਈ ਔਰ ਉਹਨਾਂ ਨੇ ਮੈਨੂੰ ਕਿਹਾ ਤੂੰ ਦਰਵਾਜ਼ਾ ਖੋਲ, ਔਰ ਮੈਂ ਜਦੋਂ ਦਰਵਾਜ਼ਾ ਖੋਲਣ ਲੱਗੀ ਹਾਂ ਤਾਂ ਉਹਨਾਂ ਨੇ ਮੈਨੂੰ ਫੜ ਕੇ ਖੁੱਦ ਤੋਂ ਫੜ ਕੇ ਮੈਨੂੰ ਗਲੀ ਦੇ ਵਿੱਚ ਸਿੱਟਿਆ ਔਰ ਮੈਨੂੰ ਬਹੁਤ ਬੁਰੀ ਤਰ੍ਹਾਂ ਨਾਲ ਮਾਰਿਆ ਗਿਆ ਔਰ ਮੇਰੇ ਬਹੁਤ ਜ਼ਿਆਦਾ ਸੱਟਾਂ ਵੀ ਲੱਗੀਆਂ ਜਿਸਦੀ ਹਰ ਪਾਸੇ ਨਿੰਦਿਆ ਹੋ ਰਹੀ ਹੈ। ਜ਼ਰੂਰਤ ਹੈ ਅਜਿਹੇ ਅਨਸਰਾਂ 'ਤੇ ਸਖ਼ਤ ਕਾਰਵਾਈ ਕਰਨ ਦੀ। ਲੁਧਿਆਣਾ ਤੋਂ ਰਜਿੰਦਰ ਅਰੋੜਾ ਦੀ ਰਿਪੋਰਟ।